ਹੁਣ ਇੱਕ ਹਲਾਲੂਇਆ ਵਾਲੇ ਆਇਆ, ਹਲਾਲੂਇਆ ਦੇਖਿਆ ਨਾ, ਉਹ ਕੀ ਕਰਦੇ ਆ, ਆ ਬੜਾ ਵੱਡਾ ਇਕੱਠ ਹੁੰਦਾ ਲੱਗਿਆ ਵਾ ਉੱਥੇ ਮੇਲਾ ਪੂਰਾ, ਇੱਕ ਜਵਾਕ ਨੂੰ ਸਟੇਜ ਤੇ ਪਾ ਲੈਂਦੇ ਆ, ਕਹਿੰਦੇ ਜੀ ਇਹ ਮਰ ਗਿਆ ਜਵਾਕ, ਤੈਨੂੰ ਆਪਾਂ ਜਿਉਂਦਾ ਕਰਨਾ। ਥੋੜੇ ਚਿਰ ਬਾਅਦ ਪਤਾ ਨੀ ਕੀ ਡਰਾਮਾ ਆ ਰਚਦੇ, ਜਵਾਕ ਜਿਉਂਦਾ ਹੋ ਜਾਂਦਾ। ਹੁਣ ਯਾਰ ਇਹ ਮੰਨਣ ਚ ਆਊਗੀ ਗੱਲ ਕਿ ਇੱਕ ਮਰੇ ਹੋਏ ਜਵਾਕ ਨੂੰ ਜਾਂ ਇਨਸਾਨ ਨੂੰ ਕੋਈ ਜਿਉਂਦਾ ਕਰਦੇ? ਪਰ ਸਾਡੇ ਲੋਕ ਉੱਥੇ ਪੱਗਾਂ ਬੰਨੀਆਂ ਹੁੰਦੀਆਂ, ਦਾੜੇ ਛੱਡੇ ਹੁੰਦੇ ਆ, ਗਾਤਰੇ ਪਾਏ ਹੁੰਦੇ ਆ, ਅਸੀਂ ਸਾਡੀਆਂ ਮਾਵਾਂ ਭੈਣਾਂ ਹੁੰਦੀਆਂ ਬੈਠੀਆਂ, ਉਹ ਮਗਰ ਹਲਾਲੂਇਆ ਹਲਾਲੂਇਆ ਮਗਰ ਉਹ ਕਰੀ ਜਾਂਦੀਆਂ ਹੁੰਦੀਆਂ। ਇੱਕ ਨਿੱਜੀ ਚੈਨਲ ਦੇ ਵਿੱਚ ਸ਼ੋਅ ਦੇ ਦੌਰਾਨ ਤਿੰਨ ਅਦਾਕਾਰਾਂ ਦੇ ਵੱਲੋਂ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਇਆ ਗਿਆ ਸੀ, ਬਾਈਬਲ ਦੇ ਪਵਿੱਤਰ ਸ਼ਬਦਾਂ ਦੀ ਬੇਅਦਬੀ ਕੀਤੀ ਗਈ ਸੀ। ਅਜੇ ਇਹ ਮਾਮਲਾ ਠੰਡਾ ਵੀ ਨਹੀਂ ਹੋਇਆ ਕਿ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਦਰਅਸਲ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਈਸਾਈ ਧਰਮ ਨੂੰ ਲੈ ਕੇ ਟਿੱਪਣੀ ਕੀਤੀ ਜਾ ਰਹੀ ਹੈ। ਈਸਾਈ ਭਾਈਚਾਰੇ ਦੇ ਆਗੂਆਂ ਦਾ ਦੋਸ਼ ਹੈ ਕਿ ਲੱਖਾ ਸਿਧਾਣਾ ਵੱਲੋਂ ਉਹਨਾਂ ਦੇ ਧਾਰਮਿਕ ਸ਼ਬਦਾਂ ਨੂੰ ਗਲਤ ਤਰੀਕੇ ਦੇ ਨਾਲ ਬੋਲਿਆ ਗਿਆ ਹੈ ਅਤੇ ਇਹ ਸਿੱਧੀ ਸਿੱਧੀ ਬੇਅਦਬੀ ਹੈ। ਹੁਣ ਸਮੂਹ ਈਸਾਈ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਵੱਲੋਂ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਤੇ ਲੱਖਾ ਸਿਧਾਣਾ ਖਿਲਾਫ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਸ ਮੌਕੇ ਤੇ ਕਿਹਾ ਗਿਆ ਹੈ ਕਿ ਜੇਕਰ ਇਸ ਮਾਮਲੇ ਦੇ ਉੱਤੇ ਕੋਈ ਵੀ ਕਾਰਵਾਈ ਨਾ ਹੋਈ ਤਾਂ ਆਪਣਾ ਰੋਸ ਹੋਰ ਵੀ ਤਿੱਖਾ ਕਰਨਗੇ ਅਤੇ ਸੂਬੇ ਭਰ ਵਿੱਚ ਪ੍ਰਦਰਸ਼ਨ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਅੱਜ ਅਸੀਂ ਯੂਨਾਈਟਿਡ ਪਾਸਟਰ ਵੈਲਫੇਅਰ ਐਸੋਸੀਏਸ਼ਨ ਅਤੇ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਪੁਲਿਸ ਕਮਿਸ਼ਨਰ ਦੇ ਸਾਹਮਣੇ ਅੱਜ ਅਸੀਂ ਮੈਮੋਰੈਂਡਮ ਲੈ ਕੇ ਮੈਮੋਰੈਂਡਮ ਦੇ ਚੁੱਕੇ ਹਾਂ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਭਾਰਤੀ ਸਿੰਘ, ਫਰਾਹ ਖਾਨ ਅਤੇ ਰਵੀਨਾ ਟੰਡਨ ਦੇ ਵੱਲੋਂ ਜੋ ਹਾਲੇਲੂਇਆ ਸ਼ਬਦ ਦੇ ਨਾਲ ਭੱਦਾ ਮਜ਼ਾਕ ਕੀਤਾ ਗਿਆ, ਉਹ ਗੱਲ ਹਜੇ ਠੰਡੀ ਨਹੀਂ ਸੀ ਹੋਈ ਔਰ ਇੱਕ ਲੱਖਾ ਸਿਧਾਣਾ ਕੋਈ ਹੈਗਾ ਜਿਹਨੇ ਕੱਲ੍ਹ ਹਾਲੇਲੂਇਆ ਸ਼ਬਦ ਨੂੰ ਬਹੁਤ ਹੀ ਬੇਤੁਕੇ ਤਰੀਕੇ ਦੇ ਨਾਲ ਉਹਨੇ ਹਲਾਲੂਇਆ ਸ਼ਬਦ ਜਿਹੜਾ ਬੋਲਿਆ ਔਰ ਸਾਡੇ ਇਸ ਸ਼ਬਦ ਦੀ ਉਹਨੇ ਬੇਅਦਬੀ ਕੀਤੀ ਆ ਔਰ ਅਸੀਂ ਉਹਨਾਂ ਤਿੰਨਾਂ ਦੇ ਔਰ ਪਲੱਸ ਲੱਖਾ ਸਿਧਾਣਾ ਦੇ ਖਿਲਾਫ ਅਸੀਂ ਅੱਜ ਮੈਮੋਰੈਂਡਮ ਦੇ ਦਿੱਤਾ ਆ ਔਰ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ। ਹਾਂ, ਇਸ ਤੋਂ ਅਗਰ ਇਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ ਤਾਂ ਸਾਡਾ ਨੈਕਸਟ ਸਟੈਪ ਜਿਹੜਾ ਆ ਉਹ ਅਸੀਂ ਪੂਰਾ ਪੂਰੇ ਜਾਹੋ ਜਲਾਲ ਦੇ ਨਾਲ ਅਸੀਂ ਪੂਰਾ ਸੰਘਰਸ਼ ਕਰਾਂਗੇ। ਦੇਖੋ, ਅਸੀਂ ਇਸ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਵੀ ਟਵਿੱਟਰ ਦੇ ਉੱਪਰ ਨਹੀਂ, ਉਹ ਸਾਡੇ ਲੋਕਾਂ ਦੇ ਵਿਚਕਾਰ ਆ ਕੇ ਉਹ ਮਸੀਹ ਭਾਈਚਾਰੇ ਦੇ ਸਾਹਮਣੇ ਆ ਕੇ ਉਹ ਮਾਫ਼ੀ ਮੰਗੇ ਤਾਂ ਹੀ ਮਾਫ਼ੀ ਦਿੱਤੀ ਜਾਵੇਗੀ। ਅਗਰ ਅਦਰਵਾਈਜ਼ ਟਵਿੱਟਰ ਦੇ ਉੱਤੇ ਅਸੀਂ ਇਸ ਗੱਲ ਦੇ ਨਾਲ ਕੋਈ ਵੀ ਸਾਡਾ ਸਮਝੌਤਾ ਨਹੀਂ ਹੈਗਾ। ਉਧਰ ਦੂਜੇ ਪਾਸੇ ਜਲੰਧਰ ਦੇ DCP ਬਲਕਾਰ ਸਿੰਘ ਦਾ ਇਸ ਮਾਮਲੇ ਤੇ ਕਹਿਣਾ ਹੈ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੀ ਜਾਂਚ ਕਰਨਗੇ। ਲਫ਼ਜ਼ਾਂ ਨੂੰ ਜਿਹੜਾ ਮਤਲਬ ਉਹ ਵਿਗਾੜ ਤਗਾੜ ਕੇ ਜਾਂ ਉਹਨੂੰ ਭੰਨ ਤੋੜ ਕੇ ਕੁਛ ਬੋਲਿਆ ਸੀਗਾ, ਜਿਹਨਾਂ ਸੰਬੰਧੀ ਸ਼੍ਰੀ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਕੇਸ ਰਜਿਸਟਰ ਹੋ ਚੁੱਕਾ ਹੈ ਔਰ ਉਹਦੇ ਸੰਬੰਧੀ ਜਿਹੜੀ ਤਰਤੀਬ ਚੱਲ ਰਹੀ ਹੈਗੀ ਆ, ਉਹ ਕੁਝ ਦਿਨ ਸਾਡੇ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਵੀ ਡੈਪੂਟੇਸ਼ਨ ਪੇਸ਼ ਹੋਏ ਸੀਗੇ ਔਰ ਸਾਡੇ ਕਮਿਸ਼ਨਰ ਸਾਹਿਬ ਨੇ ਜਿਹੜਾ ਉੱਥੇ SSP ਸਾਹਿਬ ਨਾਲ ਗੱਲ ਕੀਤੀ ਆ ਔਰ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਹੈਗੀ ਆ ਔਰ ਉਹ ਬੰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੱਜ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਪ੍ਰਧਾਨ ਜਿਹੜੇ ਹਮੀਦ ਮਸ਼ੀਹ ਜੀ, ਚੇਅਰਮੈਨ ਸਾਹਿਬ ਸਾਡੇ ਸਾਰੇ ਯੂਨਾਈਟਿਡ ਫਰੰਟ ਦੇ ਆਏ ਹੋਏ ਆ, ਤੋ ਇਹਨਾਂ ਨੇ ਵੀ ਮੋਰੈਂਡਮ ਦਿੱਤਾ, ਇਹਨੂੰ ਅਸੀਂ ਪ੍ਰੋਪਰ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ ਭੇਜਾਂਗੇ, ਇਹਦੀ ਪ੍ਰੋਪਰ ਕਾਰਵਾਈ ਹੋਵੇਗੀ ਔਰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸਰ, ਇੱਕ ਲੱਖਾ ਸਿਧਾਣਾ ਦੇ ਖਿਲਾਫ ਵੀ ਆ, ਉਹ ਵੀ ਦੱਸ ਦਿਓ। ਲੱਖਾ ਸਿਧਾਣ ਵਾਲਾ ਜਿਹੜੀ ਇਹਨਾਂ ਵੀਡੀਓ ਸਾਨੂੰ ਭੇਜੀ, ਅਸੀਂ ਉਹਨੂੰ ਚੈੱਕ ਕਰ ਲੈਂਦੇ ਹਾਂ ਔਰ ਜੋ ਬਣਦਾ ਦੇਖਾਂਗੇ ਉਹ ਸਾਰਾ ਵੈਰੀਫਾਈ ਕਰ ਲਾਂਗੇ। ਜ਼ਿਕਰੇ ਖਾਸ ਹੈ ਕਿ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਅਤੇ ਨਿਰਦੇਸ਼ਕ ਫਰਾਹ ਖਾਨ ਦੇ ਵੱਲੋਂ ਈਸਾਈ ਧਰਮ ਦੇ ਧਾਰਮਿਕ ਸ਼ਬਦ ਦੀ ਬੇਅਦਬੀ ਕੀਤੀ ਗਈ ਸੀ, ਜਿਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਉਣ ਦੇ ਨਾਲ ਹੁਣ ਪੂਰੇ ਈਸਾਈ ਭਾਈਚਾਰੇ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV, NRI।